ਸਾਨੂੰ ਜੈਮ ਸੀ ਦੀ ਜੈਮ ਸੀ ਦੀ ਬ੍ਰਦਰ ਕੁਵਾਲ ਜੀ ਆਪਾਂ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਇੱਕ ਵਾਰੀ ਫਿਰ ਕਿ ਅੱਜ ਆਪਾਂ ਨੂੰ ਮੌਕਾ ਮਿਲਿਆ ਕਿ ਆਪਾਂ ਇਕੱਠੇ ਹੋ ਕੇ ਬਾਇਓ ਸਟੱਡੀ ਕਰ ਸਕੀਏ ਉਸਦੀ ਕਿਰਪਾ ਹੈ ਅਤੇ ਬਾਇਓ ਸਟੱਡੀ ਸ਼ੁਰੂ ਕਰਨ ਤੋਂ ਜੀ ਆਪਾਂ ਪਹਿਲਾਂ ਪੜ੍ਹਦੇ ਹਾਂ ਜੀ ਸਾਮਜ ਭਜਨ ਜਗੂਰ 108 ਦੀਆਂ ਪਹਿਲੀਆਂ 5 ਆਇਤਾਂ ਹਾਂ ਜੀ ਠੀਕ ਹੈ ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਹਾਲੇਲੂਯਾ ਸਾਮਜ ਭਜਨ ਜ਼ਬੂਰ 108 ਵਰਸ 1-5 ਹਾਂ ਜੀ ਮੇਰਾ ਮਨ ਕਾਇਮ ਹੈ ਹੇ ਪਰਮੇਸ਼ਰ ਮੈਂ ਗਾਵਾਂਗਾ ਹਾਂ ਮੈਂ ਆਪਣੇ ਪ੍ਰਤਾਪ ਸਣੇ ਭਜਨ ਕੀਰਤਨ ਕਰਾਂਗਾ ਹੇ ਸਤਾਰ ਅਤੇ ਬਰਬਤ ਜਾਗੋ ਮੈਂ ਫਜ਼ਰ ਨੂੰ ਵੀ ਜਗਾ ਦਿਆਂਗਾ ਮੈਂ ਯਹੋਵਾ ਹੇ ਯਹੋਵਾ ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ ਅਤੇ ਉਮਤਾਂ ਵਿੱਚ ਤੇਰੇ ਭਜਨ ਕੀਰਤਨ ਕਰਾਂਗਾ ਤੇਰੀ ਦਇਆ ਤਾਂ ਆਕਾਸ਼ਾਂ ਤੋਂ ਉੱਚੀ ਤੇ ਵੱਡੀ ਹੈ ਤੇਰੀ ਵਫਾਦਾਰੀ ਬੱਦਲਾਂ ਤੱਕ ਹੈ ਹੇ ਪਰਮੇਸ਼ਰ ਆਕਾਸ਼ ਦੇ ਉਤਾਂ ਤੂੰ ਮਹਾਨ ਹੋ ਸਾਰੀ ਧਰਤੀ ਤੇ ਉਤਾਹਾਂ ਤੇਰੀ ਮਹਿਮਾ ਹੋਵੇ ਤਾਂ ਜੋ ਤੇਰੇ ਪ੍ਰੀਤਮ ਛੁਡਾਏ ਜਾਣ ਤੂੰ ਆਪਣੇ ਸੱਜੇ ਹੱਥ ਨਾਲ ਬਚਾ ਲੈ ਅਤੇ ਸਾਨੂੰ ਉੱਤਰ ਦੇ ਪਰਮੇਸ਼ਰ ਪਿਤਾ ਸਰਬ ਸ਼ਕਤੀਮਾਨ ਪਰਮੇਸ਼ਰ ਜਿੰਦਾ ਜਾਗਦੇ ਪਰਮੇਸ਼ਰ ਸਵਰਗ ਅਤੇ ਧਰਤੀ ਦੇ ਮਾਲਕ ਬਣਾਉਣ ਵਾਲੇ ਸਾਨੂੰ ਬਣਾਉਣ ਵਾਲੇ ਯਹੋਵਾ ਪਰਮੇਸ਼ਰ ਅਸੀਂ ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ ਆਪ ਦੀ ਦਇਆ ਰਹਿਮ ਕਿਰਪਾ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਔਰ ਇਸ ਸਮਾਂ ਜੋ ਆਪਣੇ ਸਾਨੂੰ ਦਿੱਤਾ ਇਕੱਠਾ ਕੀਤਾ ਤਾਂ ਕਿ ਅਸੀਂ ਵਚਨ ਵਿੱਚੋਂ ਪੜ੍ਹ ਸਿੱਖ ਸੁਣ ਸਮਝ ਸਕੀਏ ਇਸਦੇ ਲਈ ਵੀ ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ ਸਾਰਾ ਸਮਾਂ ਆਪਣੇ ਹੱਥਾਂ ਵਿੱਚ ਦਿੰਦੇ ਹਾਂ ਸਾਡੇ ਨਾਲ ਗੱਲਬਾਤ ਕਰੋ ਪਵਿੱਤਰ ਆਤਮਾ ਜੀ ਜੋ ਕੁਛ ਵੀ ਬੋਲਿਆ ਪੜ੍ਹਿਆ ਸੁਣਿਆ ਸਿੱਖਿਆ ਸਮਝਿਆ ਜਾਵੇ ਉਹ ਕੇਵਲ ਅਤੇ ਕੇਵਲ ਆਪ ਵੱਲੋਂ ਹੋਵੇ ਔਰ ਆਪ ਦਾ ਸ਼ੁਕਰ ਕਰਦੇ ਹੋਏ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਹਾਂਜੀ ਬਦਲ ਜੀ ਜੀ ਆਪਾਂ ਜੀ ਇੱਕ ਨਵਾਂ ਟੋਪਿਕ ਕਰਨ ਲੱਗੇ ਹਾਂ ਪ੍ਰੇਜ਼ ਦਿ ਲਾਰਡ ਹਾਂਜੀ ਅਤੇ ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਅਕਸਰ ਜੀ ਆਪਾਂ ਜਿਹੜੇ ਰੰਗ ਜਾਂ ਕਲਰਸ ਹੈਨਾ ਧਾਤਾਂ ਮੈਟਲਸ ਹਾਂਜੀ ਅਤੇ ਐਨੀਮਲਸ ਨੰਬਰ ਹਾਂਜੀ ਗਿਣਤੀ ਨੰਬਰਸ ਇਹਨਾਂ ਦਾ ਬਿਬਲੀਕਲੀ ਕੋਈ ਮਤਲਬ ਹੁੰਦਾ ਹੈ ਹਾਂਜੀ ਅਤੇ ਇਹਨਾਂ ਦਾ ਕੀ ਮਤਲਬ ਹੈ ਆਪਾਂ ਇਹ ਸਟੱਡੀ ਕਾਫੀ ਚਿਰ ਪਹਿਲਾਂ ਕਰ ਲੈਣੀ ਚਾਹੀਦੀ ਸੀਗੀ ਮੌਕਾ ਨਹੀਂ ਲੱਗਿਆ ਜਾਂ ਹਾਂਜੀ ਅਤੇ ਹੁਣ ਆਪਾਂ ਕਰਦੇ ਹਾਂ ਜੀ ਅਤੇ ਪਹਿਲਾਂ ਕਿਹੜਾ ਕਰਨਾ ਜੀ ਪਹਿਲਾਂ ਕਲਰਸ ਕਰਨੇ ਆ ਨੰਬਰਸ ਕਰਨੇ ਆ ਗਿਣਤੀ ਕਰਨੀ ਆ ਜਾਂ ਕੀ ਕਰਨਾ ਠੀਕ ਹੈ ਫਿਰ ਜਾਨਵਰ ਐਨੀਮਲਸ ਇਹ ਸਾਰੇ ਮਟੀਰੀਅਲਸ ਇਹ ਸਾਰੀਆਂ ਆਪਾਂ ਬਾਰੇ ਬਾਰੇ ਮਤਲਬ ਇਹ ਬਾਈਬਲ ਦੇ ਵਿੱਚ ਇਹਨਾਂ ਦੇ ਬਾਰੇ ਜੋ ਕੁਝ ਲਿਖਿਆ ਉਹਦਾ ਕੀ ਅਰਥ ਹੈ ਹਾਂ ਜਾਂ ਕੀ ਮੀਨਿੰਗਸ ਨੇ ਜਾਂ ਕੀ ਮਤਲਬ ਹੈ ਹਾਂ ਹਾਂਜੀ ਅਤੇ ਕਲਰਸ ਤੋਂ ਕਰ ਲਓ ਫਿਰ ਸ਼ੁਰੂ ਠੀਕ ਹੈ ਜੀ ਹਾਂ ਲਿਖੇ ਤੁਸੀਂ ਕਲਰਸ ਇੱਥੋਂ ਹੀ ਦੇਖ ਲੈਂਦੇ ਹਾਂ ਜੀ ਹਾਲੇਲੂਯਾ ਜੈਮ ਸੀ ਦੀ ਸੋ ਜਿਵੇਂ ਤੁਸੀਂ ਨੰਬਰਾਂ ਦਾ ਜ਼ਿਕਰ ਕੀਤਾ ਸੋ ਨੰਬਰਾਂ ਦੀ ਤਰ੍ਹਾਂ ਪ੍ਰਭੂ ਦੇ ਵਚਨ ਵਿੱਚ ਜਿਹੜੇ ਰੰਗ ਨੇ ਇਸ ਜੋ ਕੁਝ ਵੀ ਤੁਸੀਂ ਬਿਆਨ ਕੀਤਾ ਇਹ ਬੇਸਿਕਲੀ ਸਾਰਾ ਜਿਹੜਾ ਇਹ ਪ੍ਰਭੂ ਯਸੂ ਮਸੀਹ ਵੱਲ ਇਸ਼ਾਰਾ ਕਰਦੇ ਨੇ ਠੀਕ ਹੈ ਜਿਹਨਾਂ 'ਚ ਰੰਗ ਵੀ ਨੇ ਠੀਕ ਹੈ ਅਤੇ ਅਬਰਾਨੀ ਜ਼ਬਾਨ ਦੇ ਵਿੱਚ ਇੱਕ ਲਫਜ਼ ਹੈ ਆਰ ਈ ਐੱਮ ਈ ਆਰ ਈ ਐੱਮ ਈ ਜ਼ੈਡ ਰਮਜ਼ ਇਹਦਾ ਮਤਲਬ ਹੈ ਕਿ ਕੋਈ ਛੁਪਿਆ ਹੋਇਆ ਸੁਨੇਹਾ ਜਾਂ ਪੈਗਾਮ ਜਾਂ ਕੋਈ ਡੂੰਘਾ ਉਹਦਾ ਮਤਲਬ ਹੈ ਜਿਹੜਾ ਕਿਸੇ ਅਲਫਾਜ਼ ਦੇ ਵਿੱਚ ਛੁਪਿਆ ਦਾ ਮਿਸਾਲ ਦੇ ਤੌਰ 'ਤੇ ਕਿ ਜਿਸ ਤਰੀਕੇ ਨਾਲ ਰੰਗਾਂ ਦੀ ਗੱਲ ਹੋ ਰਹੀ ਹੈ ਕਿ ਇਹ ਵੀ ਤਰਸਾਉਂਦੇ ਨੇ ਕੋਈ ਡੂੰਘੀ ਗੱਲਾਂ ਇਹਦੇ ਪਿੱਛੇ ਵੀ ਕੋਈ ਗੱਲ ਹੁੰਦੀ ਹੈ ਮਿਸਾਲ ਦੇ ਤੌਰ 'ਤੇ ਚਲੋ ਅਸੀਂ ਇੱਕ ਰੰਗ ਤੋਂ ਸ਼ੁਰੂ ਕਰ ਦਿੰਦੇ ਹਾਂ
जिन्हों गोल्डन कलर नहीं कहीदा भाई सुनहरा रंग ये खुदा दी जड़ी अलहुईयत है डीएटी ठीक है पंजाबी देख लेना उन्हों डीएटी नू या अलहुईयत उर्दू लफज है उन्हों जाहिर करता है यानी उदी महानता या ओ लफज ओदे लई यूज होंदा है ना प्रभु परमेश्वर ये जड़ा हुण कलर सुनहरी कलर है जिन्हों गोल्डन कह रहे ठीक है सारे समझते हैं ये पुराने जमाने दे वेच इदा तलक बादशाहों नाल राजियां नाल ते जड़े धनी नी लोग होंदे सन उन्हां दे नाल इन्हां दा तलक इसलिए गिणिया जांदा सी कि ओ इस तो उन्हां दे पता लग जांदा सी यार ये बंदा जड़ा ना कोई बादशाह या धनी है मतलब एक किस्म की पहचान होंदी सी हाँ जी ते उन्होंने लोग फिर जड़े प्रेजेंट देंदे सन तोहफे देंदे सन वह भी सोने दे ही देंदे सन है ना इत्थे तक कि वो सोने दे बर्तना च विच चमचे ते विच सारे है ना वो इत्थे तक कि वो घर चार चीज जिस तरीके नाल असी देखे होना है कि सदाम हुसैन सी ना जदों उहदे ते बुरा वेला आया ते वो लोग वाशरूम च भी बड़े तो उन्हें कहा जी ये ते टॉयलेट्स भी सोने दियां ने ते मतलब ये वे कि ये एक धनी लोकां दा जड़ा है ना एक ये भी अंदाजा लाया जा सकता है पर चूंकि कलर्स यसू दे नाल रिलेट करते हैं तो उन्हें पता है कि वो जदों आए सन तीन वाइज मैन नूं की कहिंदे ने मजूसी ते सोना उन्हें भी लिया सी सोना जड़ा सी वो इनू दसे सा कि भाई ये राजा है ये राजा राजा दा राजा ठीक है सो उस तो अलावा जड़ा परमेश्वर यहोवा पाक खुदा ने ये जड़ी हैकल दे वेच टेंपल दे वेच भी ये सोने दा जड़ा सी ना इस्तेमाल ली उन्हें उन्होंने इंस्ट्रक्शंस दितियां सन है जी क्योंकि सोना जड़ा है ये डिविनिटी इनू कह लो उदी भी निशानी है यानी इनू थोड़ी जा पढ़ दी है तो सानू समझ आ जाएगी सुनहरा रंग या गोल्डन है ना ये कूच एक्सोडस खरूज उदी पंजी दी दस तो इक्की है ना सो ये सुनहरे रंग दा ए इसलिए वचन च है ये इहदे विच ठीक है आपां पढ़दे हां जी पंजी दी फिर देखांगे अज अपनी जिंदगियां दे विच जो आपां पहुंचांगे फिर इहदा की मतलब है सानू ड्रीम दे विच विजन दे विच इह दिसे साडे जी जी ते आपां पढ़दे हां जी कुछ 25 दी दास्तां जी मतलब इहदे विच ना असीं मोटा मोटा देख लईए कि जिहड़ी हैकल जो शमादान नहीं सी जिहदे उत्ते ओ तुसीं पढ़ोगे ते उहदे च होएगा ओह भी खालिस सोने दा सीगा जदों के रोटी का मेज ते जड़ा आल्टर है जिदे उते धूप धपाई जांदी सी बखूर इनसेंस दी गल हो रही है हाँ ना वो फिर एक्चुअली ये लकड़ी दे बना के उदे उते फिर सोना चढ़िया जांदा सी ठीक है हाँ ते वो जड़ा है ये मसीह प्रभु यसु मसीह दी वी अलहुईयत ये हुण ना ऐसे ने के डिविनिटी या कि वो एक रचनहार नू भी इस गलों दर्शाती तो ये हवाले पढ़ लीए हाँ जी कूच दे विच हाँ जी कूच 25 दी 10 तो 21 पढ़नी हाँ जी जी भाई कूच 25 दी 10 तो 21 देख लो क्योंकि ये सोने सुनहरी गल होती है जी हाँ जी ये अपने ओ शटीम दी लकड़ी दा एक संदूक बनाओ शटीम हाँ जी हाँ जी संदूक बनाओ जिस च लंबाई 2.5 हाथ अते चौड़ाई 1.5 हाथ अते ऊंचाई 1.5 हाथ होवे तू उस ते कुंदन सोना मड़ी अते तू उस नू अंदरों बारों मड़ी अते तू उस उत्ते सोने दी बे बनेरी चुफेरे बनाए अते उस दे नाल सोने दे चार कड़े ढाल के ओ दियां चौहां पावियां विच लाई अर्थात दो कड़े एक पासे ते दो कड़े दूजे पासे
नाले तों शतीर दी लकड़ी दियां चौबां बनाई अते उन्हां उत्ते सोना मड़ी। तू उन्हां मतलब सारा सोने दियां गल्लां सी, सारियां ही सोने दियां। हाँ जी हाँ जी। सो इसलिए ये हैकल दे विच भी ऐसा नहीं इंस्ट्रक्शन खुदा ने दी सी कि इदां दा तुसी ए बनाना, ठीक है। सो ये जड़ा है हुण इहदे च कोई सवाल है जी? जी हाँ जी। इहदे ए सोना ही क्यों है? सोने दा बनाई, सोने दा क्यों बनाए? होर मेटल हैगी आ? अच्छा, सोने विच की खासियत आ भी परमेश्वर ने कहा? ये जदों असी रंग दी गल हो रही, नबूकदनज़र बादशाह सी डैनियल दे विच, एक नबूकदनज़र नूं एक मूर्ति नजर आई, सिर सोने दा सी, उहदा जिहड़ा इह जिहड़ा सीना सीगा ਉਹ ਸੀ ਚਾਂਦੀ ਦਾ, ਅਤੇ ਫਿਰ ਥੱਲੇ ਲੋਹਾ ਅਤੇ ਮਿੱਟੀ। ਇਹ ਬੜਾ ਹੀ ਅੱਛਾ ਹੈ, ਇਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਸਾਰਿਆਂ ਨੂੰ ਆਪਣੀ ਆਪਣੀ ਦੇਖ ਲਾਂਗੇ, ਕਿਉਂਕਿ ਇਹ ਉਹ ਚੀਜ਼ਾਂ ਨੇ ਜਿਹੜੀਆਂ ਧਰਮੀਆਂ ਨੂੰ ਜਾਂ ਅਵਿਸ਼ਵਾਸੀਆਂ ਨੂੰ ਵੀ। ਹੁਣ ਨਬੂਕਦਨਜ਼ਰ ਤਾਂ ਅਵਿਸ਼ਵਾਸੀ ਸੀ, ਯਹੂਦੀ ਨਹੀਂ ਸੀ, ਲੇਕਿਨ ਇਹ ਖੁਦਾ ਦਾ ਤਰੀਕੇਕਾਰ ਹੈ। ਅੱਛਾ, ਹੁਣ ਅਸੀਂ ਇਹ ਦੇਖਿਆ ਕਿ ਕਲਰ ਦੀ ਗੱਲ ਹੋ ਰਹੀ, ਉਹਦਾ ਜਿਹੜਾ ਸਿਰ ਸੀ ਉਹ ਡੈਨੀਅਲ ਕਹਿਣ ਲੱਗਾ ਬਾਦਸ਼ਾਹ ਇਹ ਤੂੰ ਹੈ, ਇਹਦਾ ਮਤਲਬ ਉਦੋਂ ਜਿਹੜਾ ਸੀ ਬਾਬਲ ਬੈਬੀਲੋਨ ਇਹ ਸੁਪਰ ਪਾਵਰ ਸੀ, ਅਤੇ ਮਤਲਬ ਇਹ ਹੋ ਗਿਆ ਕਿ ਇੱਕ ਚੀਜ਼ ਅਸਾਂ ਦੇਖੀ ਹੈ ਕਿ ਜਿਸ ਤਰ੍ਹਾਂ ਯਿਸੂ ਮਸੀਹ ਦੇ ਨਾਲ ਉਹ ਜਿਹੜੇ ਵਾਈਸ ਮੈਨ ਆਏ ਸਨ ਤੂੰ ਬਾਦਸ਼ਾਹ, ਅਤੇ ਇਹ ਕਲਰ ਉਹਨੂੰ ਵੀ ਤਰਸਾਉਂਦਾ ਹੈ ਨਾ ਕਿ ਇਹ ਉੱਚਾ ਮੁਕਾਮ ਜਾਂ ਜਿਸ ਤਰ੍ਹਾਂ, ਠੀਕ ਹੈ। ਫਿਲਹਾਲ ਕਲਰ 'ਤੇ ਚੱਲ ਜਾਂਦੇ, ਠੀਕ ਹੈ ਜੀ। ਫਿਰ ਜਦੋਂ ਮੈਟਲ 'ਚ ਆਵਾਂਗੇ ਮੈਟਲ 'ਚ ਵੀ ਸੋਨਾ ਆ ਜਾਣਾ, ਫਿਰ ਇਹਨਾਂ ਨੂੰ। ਸੋ ਇਹ ਜਿੰਨੀ ਦੇਰ ਤੱਕ ਇਹ ਸਾਰੀਆਂ ਚੀਜ਼ਾਂ ਨੂੰ ਕਲਰ ਅਤੇ ਮੈਟਲ ਦੇ ਵਿੱਚ ਫਿਰ ਸਾਨੂੰ ਪਤਾ ਲੱਗ ਜਾਏਗਾ, ਲੇਕਿਨ ਕੋਸ਼ਿਸ਼ ਕਰਨੀ ਆ ਕਿ ਅਸੀਂ ਇਹ ਜਿਹੜਾ ਨਾ ਸੋਨਾ ਮਤਲਬ ਸੋਨੇ ਦੀ ਗੱਲ ਚੂੰਕਿ ਆ ਗਈ ਇੱਥੇ, ਅਤੇ ਗੋਲਡਨ ਕਲਰ ਦੀ ਗੱਲ ਹੋ ਰਹੀ ਹੈ। ਹੁਣ ਗੋਲਡਨ ਕਲਰ ਵੀ ਸਾਨੂੰ ਨਜ਼ਰ ਆਉਂਦਾ, ਇਹਦਾ ਮਤਲਬ ਇਹ ਕੋਈ ਗੱਲ ਉੱਚੀ ਹੈ ਬਾਦਸ਼ਾਹੀ। ਅੱਛਾ, ਦੂਜਾ ਫਿਰ ਕਾਲਾ ਰੰਗ ਲੈ ਲਓ। ਹਾਂ, ਅੱਛਾ, ਜੇ ਕਿਸੇ ਨੂੰ ਇਹ ਗੋਲਡਨ ਕਲਰ ਸੁਪਨੇ ਦੇ ਵਿੱਚ ਦੱਸੇ, ਕੋਈ ਸਪੋਜ਼ ਤੁਸੀਂ ਕਿਸੇ ਲਈ ਪ੍ਰੇ ਕਰ ਰਹੇ ਹਾਂ, ਹਾਂਜੀ, ਅਤੇ ਤੁਹਾਨੂੰ ਪ੍ਰੇਅਰ ਦੇ ਵਿੱਚ ਪਰਮੇਸ਼ੁਰ ਉਹਦੇ ਲਈ ਗੋਲਡ ਕਲਰ ਦਰਸਾਉਂਦਾ ਆ, ਦਿਖਾਉਂਦਾ ਆ ਜੀ, ਹਾਂਜੀ, ਇਹਦਾ ਮਤਲਬ ਖੁਦ ਕਿਸੇ ਨੂੰ ਤੁਹਾਡੇ ਲਈ ਜਾਂ ਕਿਸੇ ਦੇ ਲਈ ਡ੍ਰੀਮ ਦੇ ਵਿੱਚ ਉਹ ਗੋਲਡ ਕਲਰ ਤੁਹਾਨੂੰ ਦੱਸਿਆ ਹੈਗਾ, ਉਹ ਮਤਲਬ ਹੈਗਾ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜਿਸ ਤਰ੍ਹਾਂ ਅਸੀਂ ਨਬੂਕਦਨਜ਼ਰ ਦੀ ਗੱਲ ਕਰ ਰਹੇ ਸਾਂ, ਉਹ ਅਵਿਸ਼ਵਾਸੀ ਸੀ, ਇਹ ਇੱਥੇ ਦੇ ਪ੍ਰੇਅਰ ਇਸ ਦੇ ਵਿਸ਼ਵਾਸੀ ਅਵਿਸ਼ਵਾਸੀਆਂ ਲਈ ਵੀ ਹੁੰਦਾ, ਇਹਦਾ ਮਤਲਬ ਇਹ ਕੋਈ ਪ੍ਰੋਸਪਰਟੀ ਦੀ ਗੱਲ ਹੋ ਰਹੀ ਹੈ ਕਿ ਕੋਈ ਕੋਈ ਉਹਦਾ ਕੀ ਕਹਿ ਲਓ ਮਕਾਮ ਜਿਹੜਾ ਉਹ ਥੋੜ੍ਹਾ ਜਿਹਾ ਖੁਦਾ ਵਧਾ ਰਿਹਾ ਜਾਂ ਉਹਨੂੰ ਇੱਕ ਅੱਛੇ ਲੈਵਲ ਉੱਤੇ ਪ੍ਰਮੋਸ਼ਨ ਦੀ ਗੱਲ ਹੈ ਨਾ, ਉਹਦੇ 'ਚ ਯਾਰ ਇਹ ਸੋਨਾ ਜਿਹੜਾ ਨਾ, ਹੈ ਨਾ, ਇਹਦਾ ਮਤਲਬ ਇਹ ਵਧੀਆ, ਇਹਦੇ ਲਈ ਕੋਈ ਕੋਈ ਬ੍ਰੇਕ ਥਰੂ ਹੈ ਜਾਂ ਮਤਲਬ ਕੋਈ ਗਾਂ ਤਰੱਕੀ ਦੀ ਗੱਲ, ਅਤੇ ਇਹਨੂੰ ਲਿਆਵਾਂਗੇ, ਠੀਕ ਹੈ। ਇਹ ਪ੍ਰੋਸਪੈਰਿਟੀ ਵਰਲਡਲੀ ਲੈਵਲ ਫਾਈਨੈਂਸ਼ੀਅਲ ਜਾਂ ਸਪਿਰਚੁਅਲ, ਹਰ ਤਰੀਕੇ ਨਾਲ ਇਹਨੂੰ ਤੁਸੀਂ ਅਸੀਂ ਦੇਖ ਲਾਂਗੇ ਕਿ ਇਹ ਬਿਜ਼ਨਸ ਲਈ ਵੀ ਹੋ ਸਕਦੀ ਹੈ, ਉਹਦੀ ਸਪਿਰਚੁਅਲ ਲਾਈਫ ਲਈ ਵੀ ਹੋ ਸਕਦੀ ਹੈ, ਹੈ ਨਾ, ਜੋ ਵੀ ਇਸ ਜ਼ਿੰਦਗੀ ਦੇ ਵਿੱਚ ਹੈ ਨਾ ਹਾਲਾਤ ਦੀ ਤਬਦੀਲੀ ਹੈ ਯਾਰ, ਚੰਗੇ ਦਿਨ ਆਉਂਦੇ ਨੇ, ਹੈ ਨਾ, ਕੋਈ ਇਹੋ ਜਿਹਾ ਇਹੋ ਜਿਹੀ ਚੀਜ਼ਾਂ, ਇਹ ਬੜਾ ਅੱਛਾ ਹੈ, ਥੋੜ੍ਹਾ ਥੋੜ੍ਹਾ ਇੱਥੇ ਲੈ ਲਈਏ, ਫਿਰ ਅੱਗੇ ਅਤੇ ਵਿਜ਼ਨ ਡ੍ਰੀਮਸ ਵਿੱਚ ਵੀ ਇਹਨਾਂ ਨੂੰ ਅਸੀਂ ਲਿਆਵਾਂਗੇ, ਠੀਕ ਹੈ ਜੀ। ਅੱਛਾ, ਫਿਰ ਕਾਲਾ ਰੰਗ ਜਿਹੜਾ ਨਾ ਇਹ ਸੋਗ ਨੂੰ ਅਤੇ ਮੌਤ ਨੂੰ ਜਾਂ ਸਫਰਿੰਗ ਨੂੰ ਜ਼ਾਹਿਰ ਕਰਦਾ ਹੈ, ਮੋਰਨਿੰਗ ਨਹੀਂ ਹੁੰਦੀ ਵੀ ਕਿਧਰੇ ਗਏ ਅਤੇ ਉੱਥੇ ਬੰਦੇ ਹੈ ਨਾ ਅਫਸੋਸ,
ਦੀ ਗੱਲ ਹੁੰਦੀ ਹੈ। ਜਦੋਂ ਇਹਦੇ ਕੁਛ ਹਵਾਲੇ ਲਿਖ ਲਓ, ਅਯੂਬ ਲਿਖ ਲਓ ਚੈਪਟਰ 30 ਹਾਂਜੀ ਅਯੂਬ ਹਾਂ ਜੋਬ ਚੈਪਟਰ 30 ਅਯੂਬ 30 ਦੀ 28 ਅਤੇ 30 ਆਇਤ 28 ਐਂਡ 30 ਅਤੇ ਜਰਮਾਇਆ 14 ਦੀ 2 ਇਹ ਵੀ ਪੜ੍ਹ ਦਿਓ। ਇਹ ਕਾਲਾ ਰੰਗ ਜਿਹੜਾ ਨਾ ਇਹ ਇਹ ਕੀ ਸਫਰਿੰਗ ਅਤੇ ਮੌਤ ਨੂੰ ਵੀ ਜ਼ਾਹਿਰ ਕਰਦਾ ਨਾ। ਹਾਂਜੀ ਅੰਧਕਾਰ ਨੂੰ ਵੀ काला हो के फिरदा हां ਇਹ ਬਿਨਾਂ ਧੁੱਪ ਦੇ ਹੋਇਆ ਮੈਂ ਸਭਾ ਵਿੱਚ ਉੱਠ ਕੇ ਦੁਹਾਈ ਦਿੰਦਾ ਹਾਂ। ਹਾਂਜੀ ਮਤਲਬ ਮੈਂ ਕਾਲਾ ਹੋ ਗਿਆ, ਧੁੱਪ ਦਾ ਨਹੀਂ ਕਾਲਾ ਹੋ ਗਿਆ, ਨਹੀਂ ਮਤਲਬ ਜੇ ਮੇਰੇ ਤੇ ਪਰਤਾਵੇ ਆਏ। ਹਾਂਜੀ ਹਾਂਜੀ ਟੈਂਪਟੇਸ਼ਨ ਜਾਂ ਜਿਸ ਸਫਰਿੰਗ ਵਿੱਚੋਂ ਗੁਜ਼ਰ ਰਿਹਾ ਸੀ 30 ਆਏ ਦੇ ਸੀ। ਹਾਂਜੀ ਇੱਥੇ ਵੀ ਕਹਿੰਦਾ ਮੇਰੀ ਖੱਲ ਕਾਲੀ ਹੋ ਕੇ ਮੈਥੋਂ ਡਿੱਗਦੀ ਜਾਂਦੀ ਹੈ। ਹਾਂਜੀ ਤੇ ਉਹਦੀ ਚਮੜੀ ਮਤਲਬ ਜਿਹੜੀ ਚਮੜੀ ਤੇ ਚਮੜੀ ਜਿਹੜਾ ਜੀ ਬੰਦਾ ਕਹਿੰਦਾ ਯਾਰ ਇਹ ਤੇ ਚੰਗਾ ਪੱਲਾ ਸੀ, ਇਹਦੇ ਤੇ ਬਿਲਕੁਲ ਹੀ ਰੰਗ ਹੀ ਕਾਲਾ ਹੋ ਗਿਆ ਦਾ ਯਾਰ, ਮਤਲਬ ਬਿਮਾਰੀ ਦੇ ਬਿਮਾਰੀ ਜੀ। ਠੀਕ ਹੈ ਹਾਂ ਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ। ਤੇ ਇਹ ਜਿਹੜਾ ਨਾ ਕਾਲਾ ਰੰਗ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਜਿਸ ਤਰ੍ਹਾਂ ਪ੍ਰਕਾਸ਼ ਦੀ ਪੋਥੀ 6 ਚੈਪਟਰ ਵਿੱਚ ਜਿੱਥੇ ਪ੍ਰਭੂ ਯਿਸੂ ਮਸੀਹ ਨੇ ਪਹਿਲੀ ਮੋਹਰ ਖੋਲ੍ਹੀ, ਠੀਕ ਹੈ, ਅਤੇ ਇਹ ਜਿਹੜਾ ਇਹ 5ਵੀਂ ਆਇਤ ਦੇ ਵਿੱਚ ਲਿਖਿਆ ਹੈ ਕਿ ਫਿਰ ਕਾਲਾ ਘੋੜਾ ਨਿਕਲਿਆ, ਪਹਿਲੇ ਚਿੱਟਾ ਨਿਕਲਿਆ, ਫਿਰ ਲਾਲ ਨਿਕਲਿਆ, ਫਿਰ ਕਾਲਾ ਘੋੜਾ, ਯਾਨੀ ਜਿਹੜਾ ਮੌਤ ਨੂੰ ਤਰਸਾਉਂਦਾ ਹੈ, ਇਹੋ ਜਿਹੀ ਗੱਲ ਹੈ ਹਨਾ। ਤੁਸੀਂ ਇੱਕ ਲਫ਼ਜ਼ ਹੋਰ ਬੋਲਿਆ ਸੀ, ਕੀ ਸੀ? ਕਾਲਾ ਉਹ ਅੰਧਕਾਰ ਦੀਆਂ ਸ਼ਕਤੀਆਂ ਨੂੰ ਵੀ, ਹਾਂ ਹਨੇਰੇ ਦੀਆਂ ਸ਼ਕਤੀਆਂ ਲਈ ਵੀ ਇਸਤੇਮਾਲ ਹੁੰਦਾ ਨਾ, ਅਤੇ ਇਸੇ ਲਈ ਜਦੋਂ ਆਪਾਂ ਵਿਜ਼ਨ ਅਤੇ ਡ੍ਰੀਮਸ ਵਿੱਚ ਵੇਖਾਂਗੇ ਕਿ ਜਿਹੜਾ ਵਿਜ਼ਨ ਜਾਂ ਡ੍ਰੀਮ ਜਿਹੜਾ ਸੁਪਨਾ ਜਾਂ ਕੀ ਉਹਨੂੰ ਕਹਿੰਦੇ ਦਰਸ਼ਨ, ਇਹ ਬਲੈਕ ਐਂਡ ਵਾਈਟ ਆਇਆ ਹੈ ਜਾਂ ਕਲਰਡ ਆਇਆ, ਅਤੇ ਜੇ ਬਲੈਕ ਐਂਡ ਵਾਈਟ ਹੈ ਤਾਂ ਉਹਦਾ ਤਾਲਕ ਫਿਰ ਸ਼ੈਤਾਨੀ ਸ਼ਕਤੀਆਂ ਨਾਲ ਹੀ ਹੁੰਦਾ। ਸੋ ਇਹ ਅੱਗੇ ਜਾ ਅਸੀਂ ਦੇਖ ਲਾਂਗੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਠੀਕ ਹੈ ਸਰ, ਓਕੇ ਜੀ। ਅਤੇ ਓਕੇ ਜੀ ਅਤੇ ਕਾਲ ਦੇ ਨਾਲ ਵੀ ਇਹਦਾ ਤਲਕ ਹੈ, ਕਾਲ ਨਹੀਂ ਕੈਦ ਪੈ ਜਾਣਾ ਫੈਮ, ਹਾਂਜੀ ਹਾਂ ਨੋਹਾ ਪੁਖੋਰੀ, ਹਾਂਜੀ ਨੋਹਾ 5 ਦੀ 10 ਵੀ ਲਿਖ ਲਓ ਅਤੇ ਰੈਵਲੇਸ਼ਨ 6 ਦੀ 5, ਠੀਕ ਹੈ। ਹਾਂਜੀ ਨੋਹਾ ਨਹੀਂ ਹੁੰਦਾ ਉੱਥੇ, ਬੁੱਕੀ ਦੇਖ ਲਓ ਉਹਨੂੰ ਤੁਸੀਂ ਨੋਹਾ ਨੂੰ ਕੀ ਕਹੋਗੇ ਇੰਗਲਿਸ਼ ਵਿੱਚ ਤੁਸੀਂ ਉਹਨੂੰ ਕਹੋਗੇ ਉਰਦੂ 'ਚ ਨੋਹਾ ਹੈ, ਅਤੇ ਇਹ ਵੇ ਇਹ ਦੇਖੋ ਇਹ ਕੀ ਹੈ ਲਿਮਿਟੇਸ਼ਨ ਓਕੇ ਅੱਛਾ, ਅਤੇ ਉਹਦਾ ਲਿਮਿਟੇਸ਼ਨ ਨੂੰ ਕੀ ਕਹਿੰਦੇ ਪੰਜਾਬੀ 'ਚ? ਹਾਂਜੀ ਓਕੇ ਨੋਹਾ ਲਿਮਿਟੇਸ਼ਨ ਨੂੰ ਗਰਲਾਪ ਗਰਲਾਪ ਕਹਿੰਦੇ। ਓ ਲਓ ਇਹ ਮੈਨੂੰ ਨਹੀਂ ਆਉਂਦਾ ਵਿਰਲਾਪ, ਠੀਕ ਹੈ ਇਹਦਾ। ਹਾਂਜੀ ਇਹਦਾ ਜਿਹੜਾ ਸੀ ਨਾ 5:10 ਅਤੇ ਰੈਵਲੇਸ਼ਨ 6:5 ਇਹ ਕਾਲ ਨੂੰ ਵੀ ਜ਼ਾਹਿਰ ਕਰਦੇ ਨੇ। ਅਤੇ ਜਿਸ ਤਰ੍ਹਾਂ ਮੈਂ ਕਿਹਾ ਸੀ ਨਾ ਕਿ ਕਾਲਾ ਘੋੜਾ ਨਿਕਲਿਆ ਭਾਈ ਕਾਲ ਆ ਗਿਆ, ਠੀਕ ਹੈ, ਅਤੇ ਨੋਹਾ 5:10 ਵਿੱਚ ਇੱਕ ਇਹ ਕਾਲ ਦੀ ਗੱਲ ਹੋ ਰਹੀ ਹੈ ਕਹਿ, ਅਤੇ ਅਦਾਲਤ ਅਤੇ ਪਾਪ ਨੂੰ ਵੀ ਇਹ ਜ਼ਾਹਿਰ ਕਰਦਾ, ਯਾਨੀ ਜਜਮੈਂਟ ਨਿਆਂ। ਅਤੇ ਯਹੂਦਾ ਦਾ ਇੱਕੋ ਹੀ ਖਤ ਹੈ ਨਾ, ਉਹਦੀ 13 ਆਇਤ ਦੇ ਵਿੱਚ ਇਹ ਕਾਲੇ ਰੰਗ ਦਾ ਹੈ ਕਿ ਇਹ ਜ਼ਾਹਿਰ ਕਰਦਾ ਹੈ ਕਿ ਬਈ ਨਿਆਂ ਅਦਾਲਤ ਅਤੇ ਗੁਨਾਹ ਪਾਪ ਨੂੰ, ਅਤੇ ਮੌਤ ਅਤੇ ਕਬਰ ਨੂੰ ਵੀ ਇਹ ਦਰਸਾਉਂਦਾ ਹੈ, ਅਯੂਬ 10:21-22 ਹੈ ਨਾ। ਇਹ ਸਾਰੀਆਂ ਗੱਲਾਂ ਬਹੁਤ ਹੀ ਇੰਪੋਰਟੈਂਟ ਨੇ ਕਿ ਕਾਲਾ ਰੰਗ ਦੇ ਵਿੱਚ ਕੀ ਹੋ ਗਿਆ ਕਿ ਮੌਤ ਅਤੇ ਕਬਰ, ਅਤੇ ਇਹ ਉਹੀ ਸ਼ੈਤਾਨੀ ਸ਼ਕਤੀਆਂ ਨਾਲ ਵੀ ਇਹ ਸਾਰਾ।
जिस तरह अयूब ने यह पढ़ दो भाई, अयूब तो धर्मी बंदा सी ना जी, जो प्रतावे आए दस दी इक्की ते बाई दे विच की कहता है सर। हाँ जी हाँ जी हाँ जी, पढ़ते हैं जी अयूब जॉब दस दी इक्की ते बाई दे विच इस तरह लिखा है, इस तो पहला कि मैं जावा इतों फिर ना मुड़ा, नेरे ते मौत दे साईं दे देश नू, अर्थात ओ देश नू जिथे अद्धी रात जिहा अनेरा है, जिथे मौत दा सियाया है, साया है, शैडो है, हाँ है, अते कोई तरतीब नहीं अते लो भी अद्धी रात दे नेरे वांगू है। ठीक है, सो ए तरसार है मौत ते खबर। बड़ी इंपॉर्टेंट चीज़ा ने कि इन्हों साडे बिलीवर्स नू होना चाहिए, क्योंकि देखो ये जड़ा इदे थाई ये विजन या ड्रीम्स दे विच ही सुपने या प्रकाश है, सुपने या प्रकाश दे ये खुदा बाज़कात कुछ नहीं दसदा, जिन जसा देखे कलर्स जड़े ने ना बड़े गहरे मायने रखते हैं, बाज़कात कलर ही दस दूंगा, तो इहदा मतलब ये हो गया कि इहदा तलक जड़ा है ये हिस्कीएल 2:28 नाले ये होली स्पिरिट दी आउटपोरिंग का भी एक तरीका है कि विजन या ड्रीम्स या की उन्हों कह लो सुपने ते प्रकाश, इहदे थाई खुदा अपने लोगों नू ते सारे जिहड़े उहदे सरूप उत्ते बने दे ने लाइकनेस इमेज उत्ते है गल शो करता है। अच्छा जी की सी गल हो रही? अच्छा सॉरी ब्लैक कलर ब्लैक कलर ओ ना 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 यूएल अच्छा यूएल शायद मैं ही स्केल बोल गया सॉरी यूएल ओके ओके 2:28 के एक पवित्र आत्मा दे आउटपोरिंग का भी निशान है। हुण ये तीन तरीके नाल शैतान नू भी तुहानू सुपने ते दर्शन आते ने, पवित्र आत्मा या त्रिएक परमेश्वर वालों भी, तो इंसान दे अपनी भी सोचा या जो कुछ परतावे जो होंगे उहदे नाल भी आते ने, लेकिन ये कलर की गल हो रही है, तो जे भावें किसी वालों भी ये ये कलर जे आ गया तो यदा मतलब है कि ये यदा कोई मतलब है, हम कलर दे पिछे कोई भेद छुपया होना है वो इसलिए वो असी जिक्र किया ना कि ये बड़े एक कलर्स जड़े ने ये नाल भी ये पर ये ज़्यादातर मोस्टली बाइबल दे विचों यीशु वल खिंचते हैं। देखो ना प्रभु यीशु मसीह सूली ते 3 घंटे हैं उत्थे निरा हो गया, उत्थे जजमेंट होनी सी साढ़े पापा की खातर, जिदे जो बोलिया एली एली लमा शबक्तनी आए मेरे पिता, जदों सारा दुनिया का पाप उहदे ते ट्रांसफर हो गया तो वह चला उठाया ओ एली एली लमा शबक्तनी आए मेरे पिता नहीं आए मेरे परमेश्वर आए मेरे परमेश्वर वह मैनू तू क्यों छड़ दिता। अच्छा इसलिए तो वह गतसमनी बाग जो प्याला सी ना उन्होंने पता सी यार पाप दुनिया के ज्यों ही मैं पियाँगा मेरा कना मेरा थोड़ा जा विच की हो जाएगा, टुट तो नहीं जाता लेकिन गैप पै जाना, तो इसलिए वह नेरे बच्चे न्या हो गया। सो इसलिए असी बहुत सारिया चीज़ों को तरसा। अच्छा ये जड़ा ना हूँ काला रंग जड़ा ना ये लाइट नू एबजॉर्ब कर लैंदा यानी उन्हों जजब कर लैंदा रोशनी नू। सो कलाम वचन वेच वैसे हूँ परमेश्वर ते नूर है ना असल है ना नूर है उहदे लई लिख लो ताकि कंपैरिजन हो जाए वो वे जबूर 104:1 ते यूहन्ना संत यूहन्ना 1:5 ते इसलिए जो नेरे दियां शक्तियां कहियां जांदियां ने इसलिए इनू क्लियर कर रहे हैं। हाँ तो याद है जदों एक करी परमेश्वर ने
ਉਹਦੇ ਵਿੱਚ ਗਿਣਤੀ ਦੇ ਵਿੱਚ ਨਹੀਂ ਜਿੱਥੇ ਮਰੀਅਮ ਅਤੇ ਉਹਦੇ ਭਰਾ ਹਰੂਨ ਨੇ ਕਿਹਾ ਇਹਨੇ ਕੀ ਹਫਸ਼ੀ ਔਰਤ ਨਾਲ ਸ਼ਾਦੀ ਕਰ ਲਈ ਅਤੇ ਖੁਦਾ ਕਾਲੀ ਘਟਾ 'ਚ ਆਇਆ। ਕਾਲੀ ਮੀਨਸ ਕਿ ਕੋਈ ਕਰਨ ਲਈ ਆਇਆ ਨਿਆਂ ਲਈ, ਹੈ ਨਾ, ਕੁਛ ਉਹਨੂੰ। ਸੋ ਇਸ ਤਰੀਕੇ ਨਾਲ ਅਸੀਂ ਇਹਨੂੰ ਦੇਖ ਸਕਦੇ ਹਾਂ। ਅੱਛਾ, ਹੁਣ ਇਹ ਮਜ਼ੇ ਦੀ ਗੱਲ ਇਹ ਵੇ ਕਿ ਸ਼ੈਤਾਨ ਜਿਹੜਾ ਸੀ ਉਹ ਡੇਗਣ ਤੋਂ ਪਹਿਲੇ ਉਹ ਜਿਹੜਾ ਨਾ ਹਿਸਕੀਏ 28:4-13-14 ਆਇਤ ਦੇ ਵਿੱਚ ਉਹ ਅਨੋਇੰਟਡ ਚੈਰਬ ਨੂੰ ਕੀ ਕਹਿੰਦੇ ਨੇ ਭਾਈ ਉਹ ਨੂਰਾਨੀ ਫਰਿਸ਼ਤਾ ਸਹੀ ਸੀ, ਹੁਣ ਤਾਂ ਉਹ ਸ਼ਕਲ ਬਦਲ ਕੇ ਆ ਜਾਂਦਾ ਨਾ, ਉਦੋਂ ਵਾਕਈ ਉਹ ਵੀ ਤੇਜ਼ ਹੀ ਸੀਗਾ, ਲਿਪਟਿਆ ਜਲਾਲ ਦੇ ਵਿੱਚ ਸੀਗਾ ਨਾ, ਅਤੇ ਉਹਨੂੰ ਉਹਦੇ ਲਈ ਵਰਡ ਬੜਾ ਅੱਛਾ ਹੈ, ਏਂਜਲ ਆਫ ਗੋਡ ਯੂਜ਼ ਹੋਇਆ ਇਹ ਪਰਮੇਸ਼ਵਰ ਦਾ, ਕਿਉਂਕਿ ਆਰਾਧਨਾ ਕਰਦਾ ਸੀ। ਅੱਛਾ, ਜਦੋਂ ਉਹਨੇ ਪਾਪ ਕੀਤਾ ਅਤੇ ਫਿਰ ਉਹੀ ਜਿਹੜਾ ਸੀ ਜਿਹਦੇ 'ਤੇ ਤੇਜ਼, ਜਿਹਦੇ 'ਤੇ ਰੋਸ਼ਨੀ ਸੀਗੀ, ਉਹ ਫਿਰ ਹਨੇਰੇ ਦੀਆਂ ਸ਼ਕਤੀਆਂ 'ਚ ਹੋ ਗਿਆ। ਅਤੇ ਇਸ ਲਈ ਲਿਖਿਆ ਯਸਾਇਆ 14:12 'ਚ, ਆਏ ਸੁਬਹਾ ਦੇ ਰੋਸ਼ਨ ਸਿਤਾਰੇ, ਤੂੰ ਕਿਉਂ ਡੇਗ ਦਿੱਤਾ ਗਿਆ ਹੈ, ਇਸ ਲਈ ਇਹਦੇ ਲਈ ਇਸਤੇਮਾਲ ਹੋਇਆ। ਅਤੇ ਇਹ ਅੱਗੇ ਵਚਨ ਇਹ 'ਚ ਕਿ ਉਹ ਇਸੇ ਤਰੀਕੇ ਨਾਲ ਆਦਮ ਨੂੰ ਜਦੋਂ ਰੱਬ ਨੇ ਕ੍ਰੀਏਟ ਕੀਤਾ, ਪੈਦਾ ਕੀਤਾ, ਅਤੇ ਉਹ ਗਲੋਰੀ ਦੇ ਵਿੱਚ ਲਿਪਟਿਆ ਦਾ ਸੀ, ਉਹਨੂੰ ਕੀ ਕਹਿ ਲਓ ਜਲਾਲ, ਜਲਾਲ ਵਿੱਚ ਲਿਪਟਿਆ ਸੀ। ਅਤੇ ਇਸੇ ਤਰੀਕੇ ਨਾਲ ਉਹ ਦੋਏ ਆਦਮ ਅਤੇ ਹਵਾ ਉਹ ਦੋਏ ਤੇਜ਼ ਸਨ, ਅਤੇ ਤੇਜ਼ ਜਿਹੜਾ ਨਾ ਇਹ ਖੁਦਾ ਦੀ ਹਜ਼ੂਰੀ, ਖੁਦਾ ਦਾ ਜਲਾਲ, ਉਹਦਾ ਐਟਰੀਬਿਊਟਸ ਜਿਹੜੇ ਨੇ ਨਾ ਉਹ ਤੇਜ਼। ਅੱਛਾ, ਤੇਜ਼ ਜਿਹੜਾ ਇਹ ਮਹਿਸੂਸ ਨਹੀਂ ਹੁੰਦਾ, ਅਨਾਇੰਟਿੰਗ ਮਹਿਸੂਸ ਹੋਏਗੀ। ਤੇਜ਼ ਜਿਹੜਾ ਨਾ ਉਹ ਅਤੇ ਅਨਾਇੰਟਿੰਗ ਬਗੈਰ ਖੁਦਾ ਦੀ ਹਜ਼ੂਰੀ ਤੋਂ ਅਸੀਂ ਲੈ ਹੀ ਨਹੀਂ ਸਕ ਸਾਡੇ 'ਤੇ ਆ ਹੀ ਨਹੀਂ ਸਕਦੀ। ਹਾਂਜੀ, ਅੱਛਾ, ਗਲੋਰੀ ਕੈਨ ਨਾਟ ਬੀ ਐਕਸਪੀਰੀਅੰਸਡ, ਹਾਂ, ਯੂ ਕੈਨ ਨਾਟ ਸੀ, ਔਰ ਉਹ ਤੁਹਾਨੂੰ ਟੱਚ ਨਹੀਂ ਕਰੂਗੀ ਕਿ ਉਹ ਖੁਦਾ ਨੇ ਮੈਨੂੰ ਉਹ ਅਨਾਇੰਟਿੰਗ ਟੱਚ ਕਰੂਗੀ ਜੀ। ਦੇਖੋ ਨਾ, ਮੂਸਾ ਗਿਆ 10 ਹੁਕਮ ਲੈਣ ਲਈ, ਠੀਕ, ਹਾਂ, ਅਤੇ ਮੂਸਾ ਨੂੰ ਤਾਂ ਉਹ ਤਾਂ ਖੁਦਾ ਦੇ ਨਾਲ ਉਹ 40 ਰਾਤ ਦਿਨ ਉੱਥੇ ਸੀ, ਉਹਨੂੰ ਨਹੀਂ ਸੀ ਪਤਾ, ਉਹਨੂੰ ਕੀ ਪਤਾ ਸੀ, ਉਹ ਤਾਂ ਆਮ ਨੋਰਮਲ ਹੋ ਕੇ ਆਉਂਦੇ ਆ, ਹੈਂ, ਅਤੇ ਉਹਨਾਂ ਨੇ ਕਿਹਾ ਯਾਰ ਤੇਰੇ ਖਲੜੀ ਜਿਹੜੀ ਹੈ ਨਾ, ਤੇਰਾ ਫੇਸ ਉਹ ਚਮਕਣ ਡਿਆ, ਫਿਰ ਉਹਨੂੰ ਅੱਗੇ ਪਰਦਾ ਰੱਖਣਾ ਪਿਆ, ਵੇਲ ਰੱਖਣੀ ਪਈ। ਸੋ ਇਸੇ ਤਰੀਕੇ ਨਾਲ ਇਹ ਸ਼ੈਤਾਨ ਹੋਰੀ, ਇਹਨਾਂ ਨੂੰ ਕੀ ਸੀ ਪਤਾ ਹੀ ਨਹੀਂ ਸੀ। ਆਦਮ ਅਤੇ ਹਵਾ ਜਦੋਂ ਉਹਨਾਂ ਨੇ ਪਾਪ ਕਰ ਲਿਆ, ਤਾਂ ਪਹਿਲੇ ਵੀ ਨੰਗੇ ਹੀ ਸਨ ਨਾ, ਉਹ ਤੇਜ਼ ਵਿੱਚ ਉਹਨਾਂ ਨੂੰ ਨਹੀਂ ਸੀ ਨਜ਼ਰ ਆ ਰਿਹਾ। ਜੂੰ ਹੀ ਉਹ ਪਾਪ ਹੋ ਗਿਆ, ਤੇਜ਼ ਜਾਂ ਜਲਾਲ ਤੋਂ ਹਟੇ, ਤਾਂ ਉਹ ਨੰਗ ਪਾਉਣਾ ਨਜ਼ਰ, ਉਹ ਯਾਰ ਅਸੀਂ ਤਾਂ ਨੰਗੇ ਆ, ਫਿਰ ਭੱਜਦੇ ਗਏ ਉੱਥੇ, ਪਤਾ ਨਹੀਂ ਖਜੂਰਾਂ ਦੀਆਂ ਜਾਂ ਜੋ ਵੀ ਟਾਣੀਆਂ ਸਨ ਉਹਨਾਂ ਪਤਿਆਂ ਨਾਲ ਆਪਣੇ ਆਪ ਨੂੰ। ਫਿਰ ਖੁਦਾ ਨੇ ਕਿਹਾ ਚਲੋ ਕੋਈ ਕੁਰਬਾਨੀ ਦੇ ਦੇਈਏ, ਅਤੇ ਕੋਈ ਕੋਹ ਦਿੱਤਾ ਹੋਣਾ, ਕੋਈ ਬੱਕਰਾ ਸ਼ਕਰਾ ਜਾਂ ਜੋ ਵੀ, ਅਤੇ ਉਹਨਾਂ ਦਾ ਨੰਗ ਬੋਲਣਾ ਡੰਗਿਆ। ਸੋ ਇਸ ਲਈ ਇਹ ਅਨਾਇੰਟਿੰਗ ਜਿਹੜੀ ਹੈ ਇਹ ਮਹਿਸੂਸ ਹੁੰਦੀ ਹੈ। ਸੋ ਜਿੱਥੇ ਤੇਜ਼ ਜਾਂ ਖੁਦਾ ਦੀ ਹਜ਼ੂਰੀ ਜਲਾਲ ਇੱਕੋ ਹੀ ਚੀਜ਼ ਹੈ, ਉਹ ਹੋਏਗਾ ਜਿਹੜਾ ਲੋਕਾਂ ਨੂੰ ਨਹੀਂ ਨਜ਼ਰ ਆਉਂਦਾ। ਇਹ ਜਿਹੜੀ ਅਨਾਇੰਟਿੰਗ ਹੈ ਨਾ, ਇਹ ਇਹਦਾ ਲੈਵਲ ਉੱਤੇ ਥੱਲੇ ਹੁੰਦਾ, ਇਹ ਜਲਾਲ ਜਿਹੜਾ ਹੈ ਨਾ, ਗਲੋਰੀ, ਦੇਖੋ ਉਹ ਇੰਝ ਹੀ ਰਹੇਗਾ, ਠੀਕ। ਅੱਛਾ, ਸੋ ਆਪਾਂ ਕੀ ਕਰ ਰਹੇ ਸਾਂ ਕਿ ਕਿਉਂਕਿ ਦੇਖੋ ਫਿਰ ਉਹ ਗੁਨਾਹ ਦੀ ਬਲੈਕ ਕਲਰ ਗੁਨਾਹ ਦੀ ਮਜ਼ਦੂਰੀ ਮੌਤ ਹੈ, ਅਤੇ ਪਾਪ ਇਹਨੂੰ ਤਰਸਾਉਂਦਾ, ਅਤੇ ਇਸੇ ਤਰੀਕੇ ਨਾਲ ਇਨਸਾਨ ਵੀ ਹੈ। ਹੁਣ ਜਿਹੜੇ ਵੀ ਪੈਦਾ ਹੁੰਦੇ ਨੇ ਉਹ ਕਾਲਖ ਹੀ ਕੀ ਪੈਦਾ ਹੁੰਦੇ ਨੇ, ਸਿੱਧੀ ਗੱਲ ਹੈ, ਮਾਫ਼ ਕਰਨਾ, ਕਿ ਉਹ ਫਿਰ ਪਾਪ ਉਹਨਾਂ ਦੇ ਅੰਦਰ ਹੈ, ਪਾਪ ਕਾਲਾ ਜਾਂ ਉਹਨੂੰ। ਅੱਛਾ, ਇੱਕ ਜਿਹੜਾ ਤੁਸੀਂ ਕਿਹਾ ਜੀ, ਜਿਹੜਾ ਕਾਲਾ ਰੰਗ ਹੈ ਉਹ ਲਾਈਟ ਨੂੰ, ਰੋਸ਼ਨੀ ਨੂੰ ਅਬਜ਼ੋਰਬ ਕਰ ਲੈਂਦਾ। ਹਾਂ, ਪ੍ਰੈਕਟੀਕਲ ਮੈਨੂੰ ਪਤਾ, ਤੁਸੀਂ ਸੰਤ ਯੋਹੰਨਾ ਦੀ ਗੱਲ ਕਰੋਗੇ ਕਿ ਹਨੇਰਾ ਚਾਨਣ ਆਇਆ ਅਤੇ ਹਨੇਰੇ ਨੇ ਉਹਨੂੰ ਕਬੂਲ ਨਾ ਕੀਤਾ। ਹਾਂਜੀ, ਮਿਸਾਲ ਦੇ ਤੌਰ 'ਤੇ ਉੱਦਾਂ ਜਿੱਦਾਂ ਹੁਣ ਜੇ ਘਰ ਦੇ ਵਿੱਚ ਕਾਲਾ ਕੰਧ ਨੂੰ ਪੇਂਟ ਕੀਤਾ, ਉੱਥੇ ਲਾਈਟ ਲਗਾਓ ਤਾਂ ਉਹ ਇੰਨਾ ਚਮਕ ਨਹੀਂ ਹੁੰਦੀ, ਕਿਉਂਕਿ ਉਹ ਇੰਨਾ ਫਿਰ ਹਨੇਰੇ ਘਰ ਦੇ ਵਿੱਚ ਚਾਨਣ ਨਹੀਂ ਇੰਨਾ ਲੱਗਦਾ, ਜਿਹੜਾ ਵਾਈਟ ਕਲਰ ਜਾਂ ਹਲਕੇ ਕਲਰ ਦੇ ਵਿੱਚ ਫਿਰ ਘਰ ਦੇ ਵਿੱਚ ਚਾਨਣ ਜਿਹਾ ਰਹਿੰਦਾ, ਹਾਂਜੀ, ਅਬਜ਼ੋਰਬ ਕਰਦਾ ਹੈ।
पर जे अपन स्पिरिचुअली देखिए तां फिर अच्छा हाँ जी रब एक रोशनी है ते जी अंधेरा जिहड़ा हैगा आ काला जी ओहो उहनूं अबजॉर्ब कर लैंदा हाँ हाँ जी उस हिसाब ये नाल देखिए अच्छा हुण इस हिसाब नाल दूसरा ग्रंथियां 4:4 विच शैतान ने ऐ ते नेरा कीता दा अविश्वासियां दियां अकलां नूं उन्हें अन्ना कर दिता तां जे प्रभु यीशु मसीह जिहड़े परमेश्वर दा स्वरूप है उहदा चानण उहनां तक ना पहुंच सके। ये आयत पढ़ दो, देखो टाइम भी हो गया। हाँ जी अपना साहब आज पढ़ के फिनिश कर दिया जी। जी बाकी अच्छा, एक और देखो ना सूरज जदों गर्मियां च लोग चिट्टे कपड़े क्यों पाते, ये काला रंग ते खिचदा है होर गर्म हो गर्म जाता हो है, असी जाता उस हिसाब ना देखने। है। हाँ लेकिन जी ये तुसी सवाल कीता है कि प्रभु ते चानण है, देखो इत्थे की लिखा है। हाँ जी उसने लिखा जिन्हां विच इस युग दे ईश्वर ने बेपरतीतियां दियां बुद्धां अंधियां कर दितियां मसीह जो परमेश्वर का स्वरूप है ओदे तेज दी खुशखबरी का चानण उन्हां देना उत्ते प्रकाश ना हो गए। ठीक हाँ है। जी हाँ जी सो उस लिहाज नाल ये तुहाडी गल ठीक है कि वो चूंकि विच शैतान ने उन्हां दे अंधेरा पैदा कर। हाँ जी अच्छा जी एक होर लास्ट सवाल जे जदों किसी नूं ड्रीम्स विजन दे विच प्रेयर करते हैं जां असीं किसी लई प्रेयर कर रहे हैं उहनूं सानूं काला रंग दिसे ते उहदे लई उहदा की मतलब उहदे लई फौरन ये अथॉरिटी दिती गई है प्रभु यीशु मसीह दे विच कि अगर उन्हें दिखाया है तो थोड़े को अथॉरिटी है कि तुसी उस तुहानू बाज़कात इहदे विच तजर्बा होएगा, डैथ एंजल नज़र आ जाता है उन्हों यीशु मसीह दे नाँ च, उस डैथ एंजल नू कहिंदा कि छड़ दे और उहदी जिंदगी नू तुसी मंग सकदे हैगे हो क्योंकि तुहाड़ी जबान इच मौत ते जिंदगी पाई जाती। सो अथॉरिटी दे विच तुसी लाइफ ओदी जिंदगी च बोलोगे कि आए जो कुछ भी चल रहा है असी जिंदगी इहदे च बोलनी है। खुदा ने बनी इसराइल नू वेख्या बड़ी भैड़ी हालत च, ते वो खुदा कहिंदा है हिजकिय्याह कि जदों मैं तेनू खून दे विच लत पत वेख्या सी ते मैं कहा सी तू जिंदी रह, तू जिंदी रह। सो ये एक बोलण दे विच अपना सानू यीशु मसीह दे उदे नाल बड़ा अख्तियार दिता गया है सर। इसलिए ये असी पॉजिटिव बोलना है। हिजकिय्याह 16 दी है जी, 16:6 आए, ये जदों इसराइल में वेख्या यदा तो माड़ा ही हाल है, ये तो बिल्कुल जो खून दे जान होंगी है ना, ये तो बिल्कुल इंजी अदम होया जी है। कौम की गल कर रहे हैं ठीक है, वो 47 से फिर वो अगे अच्छा ए पढ़ दो प्लीज। हाँ जी हाँ कितना जी जी 16:6 आए, हुण ए खुदा ने जिंदगी बोली है असी उसकी यीशु मसीह के नाँ च वो लाइफ उदे लिए क्लेम करांगे ते नेरा दूर हो जाएगा, उदी जिंदगी बच जाएगी। हाँ जी इतने पढ़ते हैं जी एजिकल 16:6 उस विच इस तरह लिखा है जदों मैं तेरे कोल लंघिया तैनू तेरी लहू विच लिबड़िया होया वेख्या मैं तैनू जदों मैं लहू विच लिबड़िया तो बड़ा ते तू लहू विच अपने लथड़ पथड़ सैं हाँ आखदिया कि जिउंदी रहो हाँ की कर जिउंदी रहो जीवंदी रह ऐ हाँ मैं तेनू लहू नाल लबड़ी हुई नू आखिया जिउंदी रहो। ऐ बोल बोलने ने जीवंदी रह, हाँ जिंदा रह, हाला हाँ उ लहू ना लबड़िया तुहानू तो पता लग रहा है कि ये कब्र भी नजर आएगी ये गया, हाँ लेकिन जदों तुसी यीशु मसीह जड़ा उदी तुसी इत्थे की करोगे जी उठी पावर नू रेजोरेक्टेड पावर नू जेड़े मुर्दियां नू जिंदा कर दी है वो बोलोगे प्रकाश विच बोलोगे वो जिंदगी उदे च आ जाएगी, मौत टल जाएगी। हाँ जी ठीक है जी इसे अपन ठीक करते है हैं जी टाइम काफ़ी हो गया। जी हाँ जी परमेश्वर पिता आपका शुक्र करते हैं इस वचन जो अभी सीख्या पढ़िया सुनिया समझिया पवित्र आत्मा द्वारा इस सारे वचन जिस पवित्र रूप रखते हैं प्रोटेक्ट करते हैं
और शैतान इस विच कोई हेरा फेरी ना कर सके और जो भी सुने वो बरकत पावे और ये सब कुछ मांगते हैं आप दे कलौते पुत्र साढ़े मुक्तिदाता यीशु मसीह के नाम। हालेलुया।